ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਹਫਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰ ਹਾਂ ਜੀਐਸਟੀ ਜੋ ਕਿ ਪਹਿਲੀ ਜੁਲਾਈ ਤੋਂ ਲਾਗੂ ਕੀਤਾ ਗਿਆ ਗੁੱਡਜ਼ ਐਂਡ ਸਰਵਿਸੈਸ ਟੈਕਸ ਭਾਰਤ ਦੇ ਵਿੱਚ ਉਸ ਤੋਂ ਬਾਅਦ ਵੱਖ-ਵੱਖ ਕਿੱਤਿਆਂ ਦੇ ਨਾਲ ਜੁੜੇ ਹੋਏ ਲੋਕਾਂ ਦੇ ਵੱਲੋਂ ਕਈ ਕਿਸਮ ਦੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਕੱਪੜੇ ਦੇ ਜਿਹੜੇ ਵਪਾਰੀ ਨੇ ਉਹਨਾਂ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕੱਪੜੇ ਦੇ ਉੱਤੇ ਟੈਕਸ ਲੱਗਿਆ ਇਸ ਤੋਂ ਇਲਾਵਾ ਕੱਚੇ ਚਮੜੇ ਦਾ ਕਾਰੋਬਾਰ ਕਰਨ ਵਾਲੇ ਲੋਕ ਵੀ ਸੜਕਾਂ ਦੇ ਉੱਤੇ ਨਿਤਰੇ ਹੋਏ ਨੇ ਤੇ ਕੁਝ ਇੱਕ ਥਾਵਾਂ ਤੋਂ ਇਹ ਵੀ ਖਬਰਾਂ ਆ ਰਹੀਆਂ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਕਿ ਸਿਨੇਮੇ ਦੇ ਨਾਲ ਜੁੜਿਆ ਕਾਰੋਬਾਰ ਕਰਨ ਵਾਲੇ ਲੋਕ ਵੀ ਸੜਕਾਂ ਦੇ ਉੱਤੇ ਨਿਤਰੇ ਹੋਏ ਨੇ ਜਾਂ ਵੱਡੇ ਰੂਪ ਦੇ ਵਿੱਚ ਨਿਤਰਨ ਦਾ ਵਿਚਾਰ ਬਣਾ ਰਹੇ ਨੇ ਕਾਰਨ ਇਹ ਹੈ ਕਿ ਜੀਐਸਟੀ ਨੇ ਸਿਨੇਮੇ ਦੀਆਂ ਟਿਕਟਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਯਾਨੀ ਕਿ ਕਈ ਸੂਬਿਆਂ ਦੇ ਵਿੱਚ ਦਰਸ਼ਕਾਂ ਦੀ ਜੇਬ ਦੇ ਉੱਤੇ ਬੋਝ ਵਧੇਗਾ ਤੇ ਕਈ ਸੂਬਿਆਂ ਦੇ ਵਿੱਚ ਦਰਸ਼ਕਾਂ ਦੀ ਜੇਬ ਦੇ ਉੱਤੋਂ ਬੋਝ ਘਟੇਗਾ ਜਿਹੜੀ ਤਾਜ਼ਾ ਮੱਦ ਜਾਰੀ ਕੀਤੀ ਗਈ ਹੈ ਜੀਐਸਟੀ ਦੇ ਨਾਲ ਜਿਹੜੇ ਨਿਯਮ ਲਾਗੂ ਕੀਤੇ ਗਏ ਨੇ ਉਹਨਾਂ ਦੇ ਮੁਤਾਬਕ ਜੇਕਰ 100 ਰੁਪਏ ਤੋਂ ਵੱਧ ਦੀ ਸਿਨੇਮਾ ਟਿਕਟ ਹੈ ਤਾਂ ਉਹਦੇ ਉੱਤੇ 28% ਦੀ GST ਲੱਗੇਗਾ ਤੇ ਜੇਕਰ 100 ਰੁਪਏ ਤੋਂ ਘੱਟ ਦੀ ਟਿਕਟਾ ਯਾਨੀ ਕਿ ਕਿਸੇ ਸਿੰਗਲ ਸਕਰੀਨ ਸਿਨੇਮੇ ਦੇ ਵਿੱਚ 60 ਰੁਪਏ ਦੀ ਟਿਕਟ ਹੋ ਸਕਦੀ ਹੈ 80 ਰੁਪਏ ਦੀ ਹੋ ਸਕਦੀ ਹੈ ਯਾਨੀ ਕਿ 100 ਰੁਪਏ ਤੋਂ ਜੇਕਰ ਘੱਟ ਦੀ ਟਿਕਟ ਹੈ ਤਾਂ 18% ਦੀ ਤੇ 100 ਰੁਪਏ ਤੋਂ ਵੱਧ ਦੀ ਹੈ ਤਾਂ ਫਿਰ 28% ਦੀ GST ਦਾ ਭੁਗਤਾਨ ਕਰਨਾ ਪਏਗਾ ਸੋ ਇਸ ਮਦ ਦੇ ਕਰਕੇ ਇਸ ਨਿਯਮ ਦੇ ਕਰਕੇ ਟੈਕਸ ਦੇ ਇਸ ਰੂਪ ਦੇ ਕਰਕੇ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਦਰਸ਼ਕਾਂ ਦੀਆਂ ਵੱਖੋ-ਵੱਖਰੀਆਂ ਪ੍ਰਤੀਕਿਰਿਆਵਾਂ ਨੇ ਛਾਰਖੰਡ ਦੇ ਵਿੱਚ ਟਿਕਟ ਲੈਣੀ ਸਸਤੀ ਹੋ ਗਈ ਹੈ ਉੱਥੇ ਪਹਿਲਾਂ 100% ਦੀ ਮਨੋਰੰਜਨ ਟੈਕਸ ਲੱਗਦਾ ਸੀ ਉੱਤਰ ਪ੍ਰਦੇਸ਼ ਦੇ ਵਿੱਚ 60% ਦੀ ਮਨੋਰੰਜਨ ਟੈਕਸ ਲੱਗਦਾ ਸੀ ਹੁਣ ਘਟਾ ਕੇ ਜਦੋਂ ਵੱਢ ਤੋਂ ਵੱਧ 28% ਦੀ ਹੋ ਗਿਆ ਟੈਕਸ ਯਾਨੀ ਕਿ ਜਿੱਥੇ 100% ਲੱਗਦਾ ਸੀ ਹੁਣ ਉਥੇ 28% ਦੀ ਅਦਾ ਕਰਨਾ ਪਏਗਾ ਤੇ ਉਥੇ ਸਿਨੇਮੇ ਦੀ ਟਿਕਟ ਲੈਣੀ ਸਸਤੀ ਹੋ ਗਈ ਹੈ ਜੇ ਆਪਾਂ ਗੱਲ ਕਰੀਏ ਆਂਧਰਾ ਪ੍ਰਦੇਸ਼ ਦੀ ਤਾਂ ਉਥੇ ਪਹਿਲਾਂ 20% ਦੀ ਮਨੋਰੰਜਨ ਟੈਕਸ ਦੇਣਾ ਪੈਂਦਾ ਸੀ ਪਰ ਹੁਣ ਉਥੇ 28% ਦੇਣਾ ਪਏਗਾ ਜਾਨੀ ਕਿ ਹੁਣ ਉਥੇ ਟਿਕਟ ਖਰੀਦਣੀ ਦਰਸ਼ਕ ਦੇ ਲਈ ਮਹਿੰਗੀ ਹੋ ਗਈ ਹੈ ਸੋ ਇਹੋ ਜਿਹਾ ਹਾਲ ਵੱਖ-ਵੱਖ ਹੋਰ ਸੂਬਿਆਂ ਤੋਂ ਵੀ ਹੈ ਸਿੰਗਲ ਸਕਰੀਨਾਂ ਦੇ ਉੱਤੇ ਬਹੁਤਾ ਅਸਰ ਇਹਦਾ ਨਹੀਂ ਪਿਆ ਕਿਉਂਕਿ ਬਹੁ ਗਿਣਤੀ ਥਾਵਾਂ ਦੇ ਉੱਤੇ ਸਿੰਗਲ ਸਕਰੀਨਾਂ ਦੇ ਵਿੱਚ ਜਿਹੜੀ ਟਿਕਟ ਹੁੰਦੀ ਹੈ ਉਹ 80 ਰੁਪਏ ਦੀ ਜਾਂ ਵੱਡ ਤੋਂ ਵੱਡ 100 ਰੁਪਏ ਦੀ ਹੁੰਦੀ ਹੈ ਉੱਥੇ 18% ਦੀ ਹੀ GST ਅਦਾ ਕਰਨੀ ਪਾਏਗੀ ਸੋ ਇਸ ਹਿਸਾਬ ਦੇ ਨਾਲ ਸਿਨੇਮੇ ਨੂੰ ਵੀ ਕਟ ਜਾਂ ਵੱਧ ਪ੍ਰਭਾਵਿਤ ਕੀਤਾ ਕੇਂਦਰ ਸਰਕਾਰ ਦੇ ਵੱਲੋਂ GST ਦੇ ਲੈ ਗਏ ਨਵੇਂ ਫੈਸਲੇ ਦੋਸਤੋ ਜੇਕਰ ਅਸੀਂ ਰਾਜਕੁਮਾਰ ਸਾਹਿਬ ਦਾ ਨਾਂ ਲੱਗੇ ਤਾਂ ਬਾਲੀਵੁੱਡ ਦੇ ਵਿੱਚ ਉਹਨਾਂ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ ਕਿੰਨਾ ਵੱਡਾ ਯੋਗਦਾਨ ਹੈ ਆਪਾਂ ਸਾਰੇ ਜਾਣਦੇ ਹਾਂ ਰਾਜਕੁਮਾਰ ਸਾਹਿਬ ਦੇ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਹ ਬੜੇ ਮੂੰਹ ਫੱਟ ਸੀ ਉਹ ਦੇਖਦੇ ਨਹੀਂ ਸੀ ਹੁੰਦੇ ਕਿ ਇਹ ਗੱਲ ਕਹਿਣ ਵਾਲੀ ਹੈ ਜਾਂ ਨਹੀਂ ਕਹਿਣ ਵਾਲੀ ਇਹ ਗੱਲ ਲੋਕਾਂ ਦੇ ਸਾਹਮਣੇ ਕਹਿਣ ਵਾਲੀ ਹੈ ਜਾਂ ਪਰਦੇ ਨਾਲ ਕਹਿਣ ਵਾਲੀ ਹੈ ਜੋ ਉਹਨਾਂ ਦੇ ਗੱਲ ਮੂੰਹ ਦੇ ਉੱਤੇ ਆ ਗਈ ਉਹਨਾਂ ਨੇ ਫੱਟ ਅਗਲੇ ਨੂੰ ਕਹਿ ਦੇਣੀ ਹੈ ਉਹ ਚੰਗੀ ਲੱਗੇ ਜਾਂ ਮਾੜੀ ਲੱਗੇ ਇਹ ਬੰਦੇ ਦਾ ਕੰਮ ਹੈ ਉਹਨਾਂ ਨੇ ਆਪਣੀ ਗੱਲ ਕਹਿ ਕੇ ਪਾਸੇ ਹੋ ਜਾਣਾ ਸੀ ਰਾਜਕੁਮਾਰ ਸਾਹਿਬ ਦੀ ਵਰਸੀ ਸੀ 3 ਜੁਲਾਈ ਨੂੰ ਤੇ ਉਸ ਵਰਸੀ ਦੇ ਦਿਨ ਦੇ ਮੁਤਲਕ ਬਹੁਤ ਸਾਰੀਆਂ ਯਾਦਾਂ ਜੁਲਾਈ ਮਹੀਨੇ ਦੇ ਵਿੱਚ ਉਹਨਾਂ ਦੇ ਨਾਲ ਜੋ ਜੁੜੀਆਂ ਹੋਈਆਂ ਯਾਦਾਂ ਨੇ ਉਹ ਚੇਤੇ ਆ ਜਾਂਦੀਆਂ ਨੇ ਤਿੰਨ ਇੱਕ ਗੱਲਾਂ ਉਹਨਾਂ ਦੀਆਂ ਕਦੇ ਭੁੱਲੀਆਂ ਨਹੀਂ ਜਾ ਸਕਦੀਆਂ ਇੱਕ ਵਾਰ ਫਿਲਮ ਕਲਾਕਾਰ ਗੋਵਿੰਦਾ ਤੇ ਰਾਜਕੁਮਾਰ ਸਾਹਿਬ ਦੀ ਕਿਸੇ ਫਿਲਮ ਦੀ ਸ਼ੂਟਿੰਗ ਸੀ ਤੇ ਗੋਵਿੰਦਾ ਨੇ ਬੜੀ ਖੂਬਸੂਰਤ ਸ਼ਰਟ ਪਹਿਨੀ ਹੋਈ ਸੀ ਟੀ-ਸ਼ਰਟ ਤੇ ਰਾਜਕੁਮਾਰ ਨੇ ਬੜੀ ਤਾਰੀਫ਼ ਕੀਤੀ ਕਿ ਤੇਰੀ ਸ਼ਰਟ ਬੜੀ ਖੂਬਸੂਰਤ ਹੈ ਬਈ ਕਮਾਲ ਕੀਤੀ ਪਈ ਹੈ ਕਿਉਂਕਿ ਸ਼ੂਟਿੰਗ ਤੋਂ ਬਾਅਦ ਦੋਨੇ ਜਾਣੇ ਕੋਈ ਹਾਸੇ ਠੱਠੇ ਵਾਲੇ ਮੂਡ ਦੇ ਵਿੱਚ ਬੈਠੇ ਸੀ ਆਰਾਮ ਫਰਮਾ ਰਹੇ ਸੀਗੇ ਗੱਲਾਂ ਬਾਤਾਂ ਦੇ ਵਿੱਚ ਲੱਗੇ ਹੋਏ ਸੀ ਤੇ ਗੋਵਿੰਦੇ ਨੇ ਸਤਕਾਰ ਦੇ ਰੂਪ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਰਾਜ ਜੀ ਫਿਰ ਮੇਰੀ ਸ਼ਰਟ ਤੁਸੀਂ ਲੈ ਲਓ ਉਹਨਾਂ ਨੇ ਲਾ ਕੇ ਉਤਾਰ ਕੇ ਆਪਣੀ ਸ਼ਰਟ ਰਾਜਕੁਮਾਰ ਨੂੰ ਦੇ ਦਿੱਤੀ ਇਹ ਸੋਚਿਆ ਕਿ ਇਹਨਾਂ ਨੂੰ ਇੰਨੀ ਚੰਗੀ ਸ਼ਰਟ ਲੱਗੀ ਆ ਸ਼ਾਇਦ ਇਹ ਆਪ ਪਹਿਨਣੀ ਚਾਹੁੰਦੇ ਆ ਦੋ ਦਿਨ ਹੋ ਗਏ ਪਰ ਉਹਨਾਂ ਨੇ ਸ਼ਰਟ ਨਾ ਪਹਿਨੀ ਤੀਜੇ ਦਿਨ ਗੋਵਿੰਦੇ ਨੇ ਦੇਖਿਆ ਕਿ ਰਾਜਕੁਮਾਰ ਨੇ ਤਾਂ ਉਹਨਾਂ ਦੀ ਸ਼ਰਟ ਨੂੰ ਪਾੜ ਕੇ ਰੁਮਾਲ ਬਣਾ ਲਿਆ ਤੇ ਆਪਣੀ ਜੇਬ ਦੇ ਵਿੱਚ ਉਹ ਰੁਮਾਲ ਨੂੰ ਪਾਈ ਫਿਰਦੇ ਆ। ਗੋਬਿੰਦੇ ਦੇ ਮਨ ਦੇ ਉੱਤੇ ਬੜੀ ਛੱਟ ਲੱਗੀ ਕਿ ਮੇਰੀ ਸ਼ਰਟ ਦੀ ਤਾਰੀਫ਼ ਵੀ ਕੀਤੀ ਤੇ ਪਾੜ ਕੇ ਜੇਬ ਦੇ ਵਿੱਚ ਰੁਮਾਲ ਬਣਾ ਕੇ ਪਾ ਲਿਆ। ਸੋ ਇਹ ਉਹਨਾਂ ਦੀ ਵੱਖਰੀ ਸ਼ਖਸੀਅਤ ਸੀ ਜਾਂ ਕਹਿ ਲਈਏ ਉਹਨਾਂ ਦਾ ਆਪਣਾ ਅੰਦਾਜ਼ ਸੀ। ਇਸੇ ਤਰ੍ਹਾਂ ਦੀ ਇੱਕ ਗੱਲ ਜੁੜੀ ਹੋਈ ਆ ਪੱਪੀ ਲੈਹਰੀ ਹੋਰਾਂ ਦੇ ਨਾਲ। ਆਪਾਂ ਜਾਣਦੇ ਆ ਕਿ ਸੰਗੀਤਕਾਰ ਗਾਇਕ ਪੱਪੀ ਲੈਹਰੀ ਨੇ ਜਿਹੜੇ ਉਹ ਆਪਣੇ ਹੱਥਾਂ ਨੂੰ ਆਪਣੇ ਗਲ ਨੂੰ ਤੇ ਜਿਸ ਤਰੀਕੇ ਨਾਲ ਸੋਨੇ ਦੇ ਨਾਲ ਭਰੀ ਰੱਖਦੇ ਨੇ ਸੋਨੇ ਦੇ ਗਹਿਣਿਆਂ ਦੇ ਨਾਲ ਲੱਦੀ ਰੱਖਦੇ ਨੇ ਖੁਦ ਨੂੰ ਇੱਕ ਵਾਰ ਰਾਜਕੁਮਾਰ ਖੋਰੀ ਤੇ ਪੱਪੀ ਲੈਰੀ ਕਿਸੇ ਪਾਰਟੀ ਦੇ ਵਿੱਚ ਮਿਲ ਪਏ ਤੇ ਰਾਜ ਜੀ ਨੇ ਦੇਖਿਆ ਵੀ ਪੱਪੀ ਦੇ ਕਿੰਨਾ ਸੋਨਾ ਪਾਇਆ ਹੋਇਆ ਉਹਨਾਂ ਨੇ ਅਗੋਂ ਕਿਹਾ ਪੱਪੀ ਜੀ ਕੀ ਬਾਤ ਹੈ ਕੀ ਗਹਿਨੇ ਪਹਿਨੇ ਹੋਏ ਆਪਨੇ ਮੈਂ ਤਾਂ ਚਾਹਤਾ ਹੂੰ ਕਿ ਬਸ ਇੱਕ ਮੰਗਲ ਸੂਤਰ ਕੀ ਕਮੀ ਹੈ ਉਹ ਵੀ ਪਹਿਨ ਲੋ ਸੋ ਇਹੋ ਜੀ ਸ਼ਖਸੀਅਤ ਸੀ ਤੇ ਇੱਕ ਵਾਰ ਜ਼ੀਨਤ ਅਮਾਨ ਦੀ ਖਬਰ ਵੀ ਬੜੀ ਚਰਚਾ ਦੇ ਵਿੱਚ ਆਈ ਸੀ ਦਮ ਮਾਰੋ ਦਮ ਗਾਣੇ ਕਰਕੇ ਜ਼ੀਨਤ ਅਮਾਨ ਦੀ ਚਾਰੇ ਪਾਸੇ ਚਰਚਾ ਸੀ ਨਿਰਮਾਤਾ ਨਿਰਦੇਸ਼ਕ ਉਹਨਾਂ ਨੂੰ ਫਿਲਮਾਂ ਦੇ ਵਿੱਚ ਲੈਣ ਦੇ ਲਈ ਕਾਲੇ ਸੀ ਸੁਪਰਸਟਾਰ ਬਣ ਚੁੱਕੀ ਸੀ ਜ਼ੀਨਤ ਅਮਾਨ ਤੇ ਇੱਕ ਪਾਰਟੀ ਦੇ ਵਿੱਚ ਰਾਜਕੁਮਾਰ ਨੂੰ ਮਿਲੀ ਤੇ ਜ਼ੀਨਤ ਨੂੰ ਇਹ ਲੱਗਦਾ ਸੀ ਕਿ ਰਾਜਕੁਮਾਰ ਸ਼ਾਇਦ ਮੇਰੀ ਤਾਰੀਫ਼ ਦੇ ਵਿੱਚ ਕੁਝ ਬੋਲਣਗੇ ਤੇ ਅਗੋਂ ਰਾਜਕੁਮਾਰ ਉਹਨਾਂ ਕੋਲੇ ਗਏ ਕਹਿੰਦੇ ਬਈ ਤੂੰ ਇੰਨੀ ਸੋਹਣੀ ਸੁਨੱਖੀ ਲੰਮੀ ਲੰਝੀ ਕੁੜੀ ਆ ਤੂੰ ਫਿਲਮਾਂ ਦੇ ਵਿੱਚ ਟਰਾਈ ਕਿਉਂ ਨਹੀਂ ਕਰਦੀ ਤੇ ਫਿਰ ਅੰਦਾਜ਼ਾ ਲਾ ਸਕਦੇ ਹਾਂ ਜ਼ੀਨਤ ਅਮਾਨ ਦੇ ਮਨ ਦੇ ਉੱਤੇ ਕੀ ਬੀਤੀ ਹੋਏਗੀ ਬੋਲੀਵੁੱਡ ਦੇ ਵਿੱਚ ਆਪਾਂ ਬੜਬੋਲੀ ਕੁੜੀ ਦੇ ਤੌਰ 'ਤੇ ਉੱਤੇ ਜਾਣਦੇ ਆ ਰਾਖੀ ਸਵੰਤ ਨੂੰ ਰਾਖੀ ਸਵੰਤ ਨੇ ਹਮੇਸ਼ਾ ਕੁਝ ਨਾ ਕੁਝ ਇਹੋ ਜਿਹਾ ਕੀਤਾ ਜਿਹਦੇ ਕਰਕੇ ਖਬਰਾਂ ਬਣ ਜਾਂ ਪਰ ਪਿਛਲੇ ਕੁਝ ਦਿਨਾਂ ਤੋਂ ਰਾਖੀ ਦੇ ਹੱਕ ਦੇ ਵਿੱਚ ਨਹੀਂ ਸਗੋ ਉਹਦੇ ਖਿਲਾਫ ਹੀ ਖਬਰਾਂ ਬਣਨੀਆਂ ਨੇ ਕਿਉਂਕਿ ਕੁਝ ਸਮਾਂ ਪਹਿਲਾਂ ਰਾਖੀ ਨੇ ਭਗਵਾਨ ਵਾਲਮੀਕ ਦੀ ਤੁਲਨਾ ਗਾਇਕ ਮੀਕਾ ਨਾਲ ਕਰ ਦਿੱਤੀ ਸੀ ਜਿਹਦੇ ਕਰਕੇ ਇੱਕ ਵਿਅਕਤੀ ਦੇ ਵੱਲੋਂ ਲੁਧਿਆਣੇ ਦੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਧਾਰਮਿਕ ਭਾਵਨਾਵਾਂ ਦੇ ਉੱਤੇ ਸੱਟ ਮਾਰਨ ਦਾ ਮਾਮਲਾ ਦਰਜ ਕਰਾਇਆ ਸੀ ਰਾਖੀ ਸਵੰਤ ਨੂੰ ਲੁਧਿਆਣੇ ਦੀ ਇੱਕ ਵਾਰ ਪੁਲਿਸ ਮੁੰਬਈ ਜਾ ਕੇ ਫੜਨਾ ਵੀ ਚਾਹੁੰਦੀ ਸੀ ਪਰ ਉਦੋਂ ਨਹੀਂ ਸੀ ਮਿਲੀ ਤੇ ਲੁਧਿਆਣੇ ਦੀ ਪੁਲਿਸ ਖਾਲੀ ਹੱਥ ਵਾਪਸ ਆ ਗਈ ਸੀ ਹੁਣ ਪਤਾ ਲੱਗਾ ਹੈ ਵੀ 6 ਜੁਲਾਈ ਨੂੰ ਰਾਖੀ ਸਵੰਤ ਨੇ ਆ ਕੇ ਲੁਧਿਆਣੇ ਦੀ ਅਦਾਲਤ ਦੇ ਵਿੱਚ ਜ਼ਮਾਨਤ ਦੇ ਬੌਂਡ ਭਰੇ ਤੇ মিডিਏ ਤੋਂ ਬਚਣ ਦੇ ਲਈ ਰਾਖੀ ਸਵੰਤ ਨੇ ਬੁਰਕਾ ਪਹਿਨਿਆ ਹੋਇਆ ਸੀ ਪਰ 7 ਤਰੀਕ ਨੂੰ ਜਦੋਂ ਅਦਾਲਤ ਨੇ ਸੁਣਵਾਈ ਕੀਤੀ ਤੇ ਰਾਖੀ ਉਸ ਵਕਤ ਹਾਜ਼ਰ ਨਹੀਂ ਹੋਈ ਹਾਲਾਂਕਿ ਉਹਨੂੰ ਹੋਣਾ ਚਾਹੀਦਾ ਸੀ ਤੇ ਉਹਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਤੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਸੋ ਕਹਿਣ ਦਾ ਭਾਵ ਇਹ ਆ ਕਿ ਰਾਖੀ ਸਵੰਤ ਜਿਹੜੀ ਕਿ ਵੱਖ-ਵੱਖ ਗੱਲਾਂ ਕਰਕੇ ਵੱਖ-ਵੱਖ ਤਰ੍ਹਾਂ ਦੇ ਹਾਪਾ ਪੇਸ਼ ਕਰਕੇ ਊਟ ਪਟੰਗ ਗੱਲਾਂ ਵੀ ਆਪਾਂ ਕਹਿ ਸਕਦੇ ਹਾਂ ਕਰਕੇ ਚਰਚਾ ਦੇ ਵਿੱਚ ਰਹਿੰਦੀ ਹੁੰਦੀ ਆ ਉਹ ਪੰਜਾਬ ਦੇ ਵਿੱਚ ਇਸ ਵਕਤ ਚਰਚਾ ਦੇ ਵਿੱਚ ਸਿਰਫ ਇਸ ਕਰਕੇ ਆ ਕਿ ਉਹਦੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਨੇ ਤੇ ਜ਼ਮਾਨਤ ਦੀ ਅਰਜ਼ੀ ਉਹਦੀ ਰੱਦ ਕਰ ਦਿੱਤੀ ਗਈ ਆ ਦੋਸਤੋ ਜਦੋਂ ਅਸੀਂ ਪੰਜਾਬੀ ਫਿਲਮਾਂ ਦੀ ਗੱਲ ਕਰਦੇ ਆ ਤਾਂ ਚੰਗੀਆਂ ਫਿਲਮਾਂ ਜਿਨ੍ਹਾਂ ਦੇ ਨਾਲ ਚੰਗੇ ਕਲਾਕਾਰ ਜੁੜੇ ਹੋਣ ਉਹਨਾਂ ਦੀ ਗੱਲ ਕਰਨ ਨੂੰ ਆਪ ਬੁਹਾਰੀ ਜੀ ਕਰਦਾ ਹੈ 14 ਜੁਲਾਈ ਨੂੰ ਪੰਜਾਬੀ ਫਿਲਮ ਰਿਲੀਜ਼ ਹੋਵੇਗੀ ਜਿਸ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਦੀ ਲੜੀ ਵੀ ਜਾਰੀ ਹੈ ਪਿਛਲੇ ਦਿਨੀ ਜਲੰਧਰ ਦੇ ਵਿੱਚ ਵੀ ਟੀਮ ਆਈ ਗਾਇਕ ਨਿੰਜਾ ਅਮਰਤਮਾਨ ਪਾਇਲ ਰਾਜਪੂਤ ਤੇ ਕਈ ਹੋਰ ਵੀ ਸਨ ਉਹਨਾਂ ਦੀ ਫਿਲਮ 14 ਤਰੀਕ ਨੂੰ ਆ ਰਹੀ ਹੈ ਚੰਨਾ ਮੇਰਿਆ ਤੇ ਇਸ ਤੋਂ ਇਲਾਵਾ 28 ਜੁਲਾਈ ਨੂੰ ਇੱਕ ਪੰਜਾਬੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਨਾਂ ਹੀ ਵੇਖ ਬਰਾਤਾਂ ਚੱਲੀਆਂ ਇਸ ਫਿਲਮ ਦੇ ਵਿੱਚ ਬੀਨੂ ਢਿੱਲੋਂ ਨੇ ਅਦਾਕਾਰੀ ਕੀਤੀ ਹੈ ਇਸ ਫਿਲਮ ਦਾ ਟ੍ਰੇਲਰ ਅੱਜਕੱਲ੍ਹ ਧੁੰਮਾ ਪਾ ਰਿਹਾ ਹੈ ਟ੍ਰੇਲਰ ਨੂੰ ਦੇਖ ਕੇ ਇੰਨਾ ਖਾਸਾ ਹਾਸਾ ਉਮੜਦਾ ਹੈ ਕਿ ਦਰਸ਼ਕਾਂ ਦੀਆਂ ਹੱਸ-ਹੱਸ ਕੇ ਵੱਖੀਆਂ ਟੁੱਟ ਜਾਂਦੀਆਂ ਨੇ ਇਸ ਫਿਲਮ ਦੇ ਵਿੱਚ ਮੈਸੇਜ ਯਾਨੀ ਕਿ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਤੇ ਬੀਨੂ ਢਿੱਲੋਂ ਨੂੰ ਅਸੀਂ ਪਿਛਲੇ ਲੰਬੇ ਸਮੇਂ ਤੋਂ ਸਹਾਇਕ ਕਲਾਕਾਰ ਦੇ ਤੌਰ ਦੇ ਉੱਤੇ ਕਮੇਡੀਅਨ ਦੇ ਤੌਰ ਦੇ ਉੱਤੇ ਪੰਜਾਬੀ ਫਿਲਮਾਂ 'ਚ ਹਸਾਉਂਦੇ ਹੋਏ ਦਿਖ ਰਹੇ ਆ ਪਰ ਇਸ ਫਿਲਮ ਦੇ ਵਿੱਚ ਵੇਖ ਬਰਾਤਾਂ ਚੱਲੀਆਂ ਦੇ ਵਿੱਚ ਬੀਨੂ ਢਿੱਲੋਂ ਲੀਡ ਰੋਲ ਦੇ ਵਿੱਚ ਹੈ ਮੁੱਖ ਕਿਰਦਾਰ ਉਹਦਾ ਏ ਯਾਨੀ ਕਿ ਉਹ ਫਿਲਮ ਦਾ ਹੀਰੋ ਹੈ ਇਸ ਤੋਂ ਇਲਾਵਾ ਫਿਲਮ ਦੇ ਵਿੱਚ ਆਪਾਂ ਜਸਵਿੰਦਰ ਭੱਲਾ ਨੂੰ ਵੀ ਦੇਖਾਂਗੇ ਤੇ ਇਸ ਫਿਲਮ ਦੇ ਵਿੱਚ ਰਣਜੀਤ ਬਾਵਾ ਵੀ ਦਿ세ਗਾ ਤੇ ਅਮਰਿੰਦਰ ਗਿੱਲ ਵੀ ਮਹਿਮਾਨ ਰੋਲ ਦੇ ਰੂਪ ਦੇ ਵਿੱਚ ਨਜ਼ਰ ਆਏਗਾ ਇਸ ਫਿਲਮ ਦੇ ਤਿੰਨ ਪ੍ਰੋਡਿਊਸਰ ਨੇ ਜਿਨ੍ਹਾਂ ਵਿੱਚ ਕਾਰਜ ਗਿੱਲ ਅਮੀਕ ਵਰਕ ਤੇ ਜਸਪਾਲ ਸੰਧੂ ਹੋਰੀ ਇਸ ਫਿਲਮ ਤੋਂ ਆਸਾਂ ਬਹੁਤ ਸਾਰੀਆਂ ਨੇ ਕਿਉਂਕਿ ਜਿਹੜੀ ਫਿਲਮ ਦਾ ਟ੍ਰੇਲਰ ਚੰਗਾ ਹੋਵੇ ਉਸ ਫਿਲਮ ਦੇ ਹਰ ਪੱਖ ਤੋਂ ਸੰਤੁਸ਼ਟੀ ਹੋਣ ਦੀ ਆਸ ਵੱਜਦੀ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ 28 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਕਾਮਯਾਬੀ ਦੀ ਪੌੜੀ ਚੜੇਗੀ ਦੋਸਤੋ ਜਦੋਂ ਅਸੀਂ ਪੰਜਾਬੀ ਦੇ ਉਹਨਾਂ ਕਲਾਕਾਰਾਂ ਦੀ ਗੱਲ ਕਰਦੇ ਹਾਂ ਜਿਹੜੇ ਉਮਰਦਰਾਜ ਹੋ ਚੁੱਕੇ ਨੇ ਜਾਂ ਜਿਹੜੇ ਬੁਢਾਪੇ ਦੀ ਅਵਸਥਾ ਦੇ ਵਿੱਚ ਨੇ ਤਾਂ ਇਹ ਵੀ ਗੱਲ ਕਹਿੰਦੇ ਆ ਕਿ ਸਾਡੀਆਂ ਸਰਕਾਰਾਂ ਨੂੰ ਸੱਭਿਆਚਾਰਕ ਸੰਸਥਾਵਾਂ ਨੂੰ ਸਾਡੇ ਕਲਾ ਪ੍ਰੇਮੀ ਨੇ ਜਿਹੜੇ ਆਸ਼ਕ ਨੇ ਜਿਹੜੇ ਪੰਜਾਬੀ ਗਾਇਕੀ ਦੇ ਗੀਤਕਾਰ ਹੀ ਨੇ ਉਹਨਾਂ ਨੂੰ ਇਹਨਾਂ ਲੋੜਵੰਦ ਤੇ ਬਜ਼ੁਰਗ ਕਲਾਕਾਰਾਂ ਦੀ ਬਾਹ ਫੜਨੀ ਚਾਹੀਦੀ ਆ ਟਾਂਡਾ ਦੇ ਤਲਵਾੜ ਮੁਹੱਲੇ ਦੇ ਵਿੱਚ ਇੱਕ ਆਪਣੇ ਵੇਲੇ ਦਾ ਮਸ਼ਹੂਰ ਕਲਾਕਾਰ ਰਹਿੰਦਾ ਹੈ ਉਜਾਗਰ ਸਿੰਘ ਮਿਲੰਗ ਉਮਰ ਉਹਨਾਂ ਦੀ 76 ਸਾਲ ਹੈ ਤੇ ਉਜਾਗਰ ਸਿੰਘ ਮਿਲੰਗ ਦਾ ਇੱਕ ਰਿਕਾਰਡ ਆਇਆ ਸੀ ਹਰਵੰਸ ਕਿਰਨ ਦੇ ਨਾਲ ਉਜਾਗਰ ਸਿੰਘ ਮਿਲੰਗ ਨੇ ਜ਼ਿੰਦਗੀ ਦੇ ਬਹੁਤ ਸਾਰੇ ਥੱਪੇੜਿਆਂ ਦਾ ਸਾਹਮਣਾ ਕੀਤਾ ਉਜਾਗਰ ਸਿੰਘ ਮਿਲੰਗ ਨੇ ਚੰਗੀ ਗਾਇਕੀ ਪੇਸ਼ ਕੀਤੀ ਚਾਰ ਗੀਤ ਉਹਨਾਂ ਦੇ ਮਾਰਕੀਟ ਦੇ ਵਿੱਚ ਆਏ ਸਨ ਗਾਉਂਦੇ ਉਹ ਅੱਜ ਵੀ ਨੇ ਆਪਣੀ ਸਮਰੱਥਾ ਦੇ ਮੁਤਾਬਕ ਧਾਰਮਿਕ ਥਾਵਾਂ ਦੇ ਉੱਤੇ ਜਾ ਕੇ ਪਰ ਉਜਾਗਰ ਸਿੰਘ ਦਾ ਨਾਮ ਇਨਰੀਕੋ ਕੰਪਨੀ ਦੇ ਵਿੱਚ ਆਏ ਰਿਕਾਰਡ ਦੇ ਕਰਕੇ ਉਹਨਾਂ ਦਾ ਇੱਕ ਗਾਣਾ ਬੜਾ ਮਸ਼ਹੂਰ ਹੋਇਆ ਸੀ ਉਦੋਂ ਕਿ ਢਿੱਲੀ ਜਈ ਗੁੱਤ ਕਰਕੇ ਚੰਨੋਂ ਰੋਸ ਚਬਾਰੇ ਬੈਂਦੀ ਆ ਇਸ ਗਾਣੇ ਦੀ ਚਰਚਾ ਵੀ ਹੋਈ ਸੀ ਕੁਝ ਹੋਰ ਗਾਣੇ ਵੀ ਸਨ ਪਰ ਉਮਰ ਦੇ ਇਸ ਪੜਾਅ ਦੇ ਉੱਤੇ ਉਜਾਗਰ ਸਿੰਘ ਮਿਲੰਗਦਾ ਕਹਿਣਾ ਕਿ ਸਰਕਾਰਾਂ ਨੂੰ ਸਾਡੇ ਵਰਗੇ ਬਜ਼ੁਰਗ ਕਲਾਕਾਰਾਂ ਦੀ ਬਾਹ ਫੜਨੀ ਚਾਹੀਦੀ ਆ ਤੇ ਜਿਹੜੇ ਨਵੇਂ ਉੱਠਦੇ ਕਲਾਕਾਰ ਨਹੀਂ ਉਹਨਾਂ ਨੂੰ ਮर्यादा ਦੇ ਵਿੱਚ ਰਹਿ ਕੇ ਗਾਉਣਾ ਚਾਹੀਦਾ ਹੈ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਉਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਅਗਲੇ ਹਫਤੇ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਅਸੀਂ ਮੁੜ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਤੁਹਾਡੀ ਬਹੁਤ ਬਹੁਤ ਮਿਹਰਬਾਨੀ